ਕਬੂਤਰਬਾਜ਼ੀ ਦੇ ਮੁਕਾਬਲੇ ਦੇ ਵਿੱਚ ਗਏ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਆਪਣੇ ਘਰ ਤੋਂ ਕਬੂਤਰਬਾਜ਼ੀ ਦੇ ਮੁਕਾਬਲੇ ਦੇ ਵਿੱਚ ਗਿਆ ਸੀ, ਪਰ ਜਦੋਂ ਇਹ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਭਾਲ ਸ਼ੁਰੂ ਕੀਤੀ। ਤਾਂ ਦੱਸ ਦਈਏ ਕਿ ਇੱਕ ਦਿਨ ਜਦੋਂ ਇਹ ਪੂਰਾ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਕਾਰਵਾਈ ਸ਼ੁਰੂ ਕੀਤੀ ਤਾਂ ਪਰਿਵਾਰ ਦੇ ਵੱਲੋਂ ਵੀ ਜਿੱਥੇ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ, ਉੱਥੇ ਪਿੰਡ ਦੇ ਨੇੜੇ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਦੀ ਖੇਤਾਂ ਦੇ ਵਿੱਚ ਲਾਸ਼ ਮਿਲੀ ਹੈ। ਹਾਲਾਂਕਿ ਲਾਸ਼ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਕਈ ਸਾਰੇ ਸੱਟਾਂ ਦੇ ਨਿਸ਼ਾਨ ਨੇ, ਜਿਸ ਤੋਂ ਬਾਅਦ ਕਤਲ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਤਾਂ ਖਬਰ ਫਿਲੌਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 42 ਸਾਲ ਦਾ ਵਿਅਕਤੀ ਜਦੋਂ ਆਪਣੇ ਪਿੰਡ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਹੀ ਕਬੂਤਰਬਾਜ਼ੀ ਦੇ ਮੁਕਾਬਲੇ ਦੇ ਵਿੱਚ ਗਿਆ ਤਾਂ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ, ਜਿਸਦੀ ਕਿ ਹੁਣ ਖੇਤਾਂ ਦੇ ਵਿੱਚੋਂ ਲਾਸ਼ ਮਿਲੀ ਹੈ। ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਵੀ ਗੁਹਾਰ ਲਗਾਈ ਜਾ ਰਹੀ ਹੈ। 42 ਸਾਲ ਇਸ ਵਿਅਕਤੀ ਦੀ ਉਮਰ ਦੱਸੀ ਜਾ ਰਹੀ ਹੈ ਅਤੇ 3 ਬੱਚਿਆਂ ਦਾ ਇਹ ਪਿਓ ਦੱਸਿਆ ਜਾ ਰਿਹਾ। ਹਾਲਾਂਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਇਸ ਵਿਅਕਤੀ ਦਾ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਹੁੰਦਾ, ਤਾਂ ਜਦੋਂ ਆਲੇ ਦੁਆਲੇ ਦੀ CCTV ਫੁਟੇਜ ਨੂੰ ਖੰਗਾਲਿਆ ਜਾਂਦਾ ਤਾਂ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਦੇ ਨਾਲ ਇਹ ਬਾਈਕ ਦੇ ਉੱਤੇ ਬੈਠਾ ਜਾਂਦਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਉਸ ਵਿਅਕਤੀ ਦੀ ਭਾਲ ਕੀਤੀ ਜਾਂਦੀ ਹੈ। ਹਾਲਾਂਕਿ ਜਦੋਂ ਵਿਅਕਤੀ ਵੀ ਨਹੀਂ ਮਿਲਦਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੇ ਆਪ ਇਸ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ। ਤਾਂ ਕਿਹਾ ਜਾ ਰਿਹਾ ਕਿ ਪਿੰਡ ਤੋਂ ਥੋੜ੍ਹੀ ਜਿਹੀ ਦੂਰ ਖੇਤਾਂ ਦੇ ਵਿੱਚ ਇਸ ਵਿਅਕਤੀ ਦੀ ਲਾਸ਼ ਮਿਲੀ ਹੈ। ਫਿਲਹਾਲ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਕਿਉਂਕਿ ਸੱਟਾਂ ਦੇ ਵੀ ਕਾਫੀ ਜ਼ਿਆਦਾ ਡੂੰਘੇ ਨਿਸ਼ਾਨ ਦੱਸੇ ਜਾ ਰਹੇ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਜੋ ਹੈ ਉਹ ਸ਼ਰੇਆਮ ਵਿਕਦਾ, ਹੋ ਸਕਦਾ ਕਿਸੇ ਨਸ਼ੇੜੀ ਦੇ ਵੱਲੋਂ ਪੈਸਿਆਂ ਦੇ ਲਾਲਚ 'ਚ ਆ ਕੇ ਅਜਿਹਾ ਕੰਮ ਕੀਤਾ ਗਿਆ ਹੋਵੇ। ਇਹ ਕੱਲ੍ਹ ਸਵੇਰੇ 5 ਵਜੇ ਆਏ ਆ, ਠੀਕ ਹੈ ਜੀ, ਕੱਲ੍ਹ ਸਵੇਰੇ 5 ਵਜੇ ਆਏ ਆ, ਇੱਥੇ ਕਬੂਤਰਬਾਜ਼ੀ ਕਰਾਉਣ ਆਏ ਸੀਗੇ ਇੱਥੇ ਧਲੇਤੇ, ਅਤੇ ਧਲੇਤੇ ਕਬੂਤਰਬਾਜ਼ੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ। ਅਸੀਂ ਥਾਣੇ ਆਏ, ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਕਿ ਵੀ ਦਰਖਾਸਤ ਲਿਖ ਲਓ ਸਰ, ਮੇਰੇ ਰਿਐਲੇਟਿਵ ਆਏ ਆ, ਠੀਕ ਹੈ ਜੀ, ਉਹਨਾਂ ਨੇ ਇਹਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਨਹੀਂ ਕੋਈ, ਠੀਕ ਹੈ ਜੀ, ਮੈਨੂੰ ਕੋ ਕੋਈ ਪਤਾ ਨਹੀਂ। ਬਟ ਸਵੇਰ ਦੇ ਅਸੀਂ ਜਲੰਧਰ ਤੋਂ ਮੈਂ ਆਇਆ, ਜਦ ਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ, ਸਾਨੂੰ ਨਹੀਂ ਇਹ ਕਿਤੇ ਵੀ ਮਿਲ ਸਕਿਆ। ਅਸੀਂ ਥਾਣੇ 3-4 ਵਜੇ ਸਵੇਰ ਦੇ ਥਾਣੇ ਵੀ ਉੱਥੇ ਜਾ ਚੁੱਕੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਕੋਲ ਵੀ ਜਾ ਗਏ। ਇਹ ਕਹਿੰਦੇ ਜੀ, ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ, ਅਸੀਂ ਵੀ ਦੇਖਦੇ ਹਾਂ। ਸ਼ਾਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈੱਡ ਬੋਡੀ ਸਾਨੂੰ ਮਿਲੀ। ਅਸੀਂ ਪਹਿਲਾਂ ਇੱਥੋਂ ਅੱਗੇ ਉਹ ਦੇਖ ਕੇ ਗਏ ਹਾਂ, ਅਸੀਂ ਵਾਰ ਵਾਰ ਉੱਧਰ ਸਾਰੇ ਇੱਧਰ ਟਿੱਬੇ ਟਿੱਬੇ ਸਾਰੇ ਦੇਖ ਕੇ ਆਏ, ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ। ਇੱਥੇ ਮੱਕੀ 'ਚ ਵੜ ਕੇ ਪਤਾ ਨਹੀਂ ਕੌਣ ਦੇਖ ਕੇ ਗਿਆ, ਫਿਰ ਉਹਨੇ ਦੱਸਿਆ ਸਾਨੂੰ, ਅਤੇ ਅਸੀਂ ਇੱਥੇ ਆ ਕੇ ਦੇਖਿਆ ਅਤੇ ਸੋਚਿਆ SHO ਸਾਹਿਬ ਵੀ ਨਾਲ ਆਏ ਆ। ਮੇਰੇ ਸੰਡੂ ਸਾਹਿਬ ਆ। ਮੌਤ ਮੂੰਹ 'ਤੇ ਬਲੱਡ ਆਇਆ ਪਿਆ ਆ, ਠੀਕ ਹੈ ਜੀ, ਅਤੇ ਸਾਨੂੰ ਤਾਂ ਲੱਗਦਾ ਆ ਕਿ ਮਾਰ ਕੇ ਸੁੱਟਿਆ ਆ ਇੱਥੇ, ਪੂਰਾ ਜਾਣੀ ਲੱਗਦਾ ਪੂਰਾ ਯਕੀਨ ਆ ਵੀ ਮਾਰ ਕੇ ਸੁੱਟਿਆ ਆ ਇੱਥੇ। ਸਾਡੇ ਕੋਲ CCTV ਦੀ ਫੋਟੋਜ਼ ਵੀ ਆ, ਜਿਸ ਮੁੰਡੇ ਦੇ ਨਾਲ ਆਇਆ ਸੀਗਾ, ਠੀਕ ਹੈ ਜੀ, ਉਹਦੀ ਫੋਟੋ ਵੀ ਹੈਗੀ ਆ ਨਾਲ। ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਕੀ ਇਹਨਾਂ ਦੇ ਨਾਲ ਯਾਰੀ ਦੋਸਤੀ ਹੈ ਕੀ ਹੈ, ਮੈਨੂੰ ਇਹਦੇ ਬਾਰੇ ਨਹੀਂ ਨੌਲੇਜ ਹੈਗੀ।
ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੇ? ਅਸੀਂ ਤਾਂ ਕਹਿੰਦੇ ਜੋ ਕਾਰਵਾਈ ਬਣਦੀ ਆ ਉਹ ਕਰਨੀ ਆ ਉੱਥੇ। ਨਾਮ ਕੀ ਹੈ? ਨਾਮ ਕਿਹਨਾਂ ਦਾ? ਇਹ ਦਿਨੇਸ਼ ਕੁਮਾਰ ਆ, ਨੂਰ ਮਹਿਲ ਤੋਂ ਆ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਹਨਾਂ ਦੇ? ਇਹਨਾਂ ਦੇ ਦੋ ਬੇਟੀਆਂ, ਇੱਕ ਬੇਟਾ ਆ, ਮਦਰ ਆ ਉਹ ਵੀ ਮੰਜੇ 'ਤੇ ਆ, ਫਾਦਰ ਆ ਉਹ ਵੀ ਬਸ ਬਿਮਾਰ ਆ, ਬਹੁਤ ਜ਼ਿਆਦਾ ਰਹਿੰਦੇ ਆ ਉਹ ਵੀ। ਬੇਟੀ ਆ, ਬੇਟੀ 'ਤੇ ਵੀ ਹੁਣ 3.5-4 ਲੱਖ ਰੁਪਈਆ ਲਾ ਕੇ ਮਸੀਂ ਉਹ ਵੀ ਚੱਕ ਚੁਕਾ ਕੇ, ਯਾਰਾਂ ਦੋਸਤਾਂ ਨੇ ਅਸੀਂ ਸਾਰੇ ਰਸਤੇ ਨਾਲ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ। ਇਹ ਕੰਮ ਕੀ ਕਰਦੇ ਸੀਗੇ? ਕੰਮ ਕਰਦੇ ਸੀਗੇ, ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਅਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ 'ਤੇ। ਕੋਈ ਜਿੱਦਾਂ ਕਹਿੰਦੇ ਹੋਏ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇੱਦਾਂ ਦੇ ਵੀ ਕੋਈ ਹੈਗੇ? ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਗਾ, ਜੇ ਓਵਰਡੋਜ਼ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ। ਉਹਦਾ ਡੋਜ਼ ਲੈਂਦਾ ਸੀ ਅਸੀਂ, ਇਹਦੇ ਬਾਰੇ ਮੈਨੂੰ ਨਹੀਂ ਨੌਲੇਜ ਨਹੀਂ। ਮੇਰਾ ਬ੍ਰਦਰ ਇਨ ਲਾਇਆ ਇਹ, ਅਤੇ ਕੱਲ੍ਹ ਇਹ ਇੱਥੇ ਕਬੂਤਰਬਾਜ਼ੀ ਦੇ ਵਿੱਚ ਆਇਆ ਸੀਗਾ ਅਤੇ ਕੱਲ੍ਹ 6 ਵਜੇ ਤੋਂ ਇਹ ਲਾਪਤਾ ਆ। ਆਖਰੀ ਟਾਈਮ ਇਹ ਸੀਤੋ ਦੇ ਮੁੰਡੇ ਦਾਣੀ ਨਾਲ ਦੇਖਿਆ ਗਿਆ ਅਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹ ਪਰਚਾ ਲਿਖਾਉਣ ਗਏ ਵੀ ਤੁਸੀਂ ਦਾਣੀ ਦਾ ਨਾਂ ਲਿਖ ਲਓ ਅਤੇ ਜੋ ਮਰਜ਼ੀ ਫਿਰ ਬਾਅਦ ਦੇ ਵਿੱਚ ਕਾਰਵਾਈ ਕਰ ਦਿਓ। ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਂ ਬਿਲਕੁਲ ਨਹੀਂ ਲਿਖਿਆ। ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਂ ਲਿਖ ਲਓ, ਨਹੀਂ ਕਹਿੰਦੇ ਅਸੀਂ ਅਣਪਛਾਤਿਆਂ ਦਾ ਨਾਂ ਲਿਖ ਦਿੰਦੇ ਹਾਂ, ਦਾਣੀ ਦਾ ਨਾਂ ਨਹੀਂ ਲਿਖਣਾ। ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਂ ਕਿਉਂ ਨਹੀਂ ਲਿਖਣਾ, ਕਿਉਂਕਿ ਧਲੇਤੇ ਦੇ ਵਿੱਚ, ਮੈਂ ਧਲੇਤੇ 'ਚ ਰਹਿੰਦਾ ਖੁਦ, ਮੈਂ 20 ਸਾਲ ਅੱਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫਰੀ ਦੀ, 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਸੀ ਕੀ ਕਰਦੇ ਆ। ਇੱਥੇ ਘਰ ਘਰ ਚਿੱਟਾ ਵਿਕਦਾ, ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦੇ ਕੋਲ, ਮੁੰਡੇ ਇੱਧਰ ਦੀ ਲੰਘ ਜਾਂਦੇ, ਕਦੀ ਇੱਧਰ ਦੀ ਲੰਘ ਜਾਂਦੇ ਆ, ਧਲੇਤੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਆ, ਉਹ ਇਹਨਾਂ ਨੂੰ ਕਿਉਂ ਨਹੀਂ ਦੱਸਦਾ? ਉਹ ਕਹਿੰਦੇ ਨਹੀਂ ਦੱਸਦਾ ਸੀਤੋ ਦਾ ਮੁੰਡਾ ਦਾਣੀ, ਉਹਨੇ ਇਹਨੂੰ ਓਵਰਡੋਜ਼ ਦਿੱਤੀ ਆ, ਉਹਦੇ ਕਰਕੇ ਮਰਿਆ ਇਹ। ਕਿਉਂਕਿ ਅਸੀਂ ਜਿੰਨੀ ਵਾਰੀ ਵੀ ਕਹੇ ਹਾਂ, ਅਸੀਂ ਇਹ ਗੱਲ ਕਹੀ ਆ ਵੀ ਉਹ ਦਾਣੀ ਦਾ ਨਾਂ ਲਿਖ ਲਓ ਅਤੇ ਬਾਅਦ ਦੇ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ, ਇਹ ਕਹਿੰਦੇ ਆ ਰਿਪੋਰਟ ਲਿਖਾ ਲਓ, ਅਸੀਂ ਦਾਣੀ ਦਾ ਨਾਂ ਨਹੀਂ ਲਿਖਣਾ। ਪਰ ਦਾਣੀ ਦਾ ਨਾਂ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ, ਕਿਉਂ ਨਹੀਂ ਲਿਖਣਾ? ਦਾਣੀ ਦੇ ਘਰ ਜਦੋਂ ਅਸੀਂ ਜਾ ਕੇ ਦੇਖਿਆ, ਜਿਹੜੇ ਇੱਥੇ ਦੇ SI ਆ ਉਹਨਾਂ ਨੇ ਵੀ ਸਾਨੂੰ ਦੱਬ ਕੇ ਮਾਰੇ, ਕਹਿੰਦੇ ਤੁਸੀਂ ਇੱਥੇ ਕਿਉਂ ਆਏ ਆ, ਇੱਦਾਂ ਕਿਉਂ ਆ ਕਰਦੇ ਆ? ਉਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਜਿਹੜਾ ASI ਅਵਤਾਰ ਸਿੰਘ ਆ, ਉਹਦੀ ਘਰ ਵਾਲੀ ਦੇ ਉਹਦੀ ਮੰਮੀ ਦੇ ਜਾ ਕੇ ਕੰਨ 'ਚ ਕਹਿੰਦਾ, ਫੂਕ ਮਾਰਦਾ ਕੰਨ 'ਚ, ਅਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਵੀ ਤੂੰ ਟੈਨਸ਼ਨ ਨਾ ਲੈ, ਤੇਰਾ ਮੁੰਡਾ ਕਿਤੇ ਨਹੀਂ ਜਾਂਦਾ। ਸਾਡੇ ਸਾਹਮਣੇ ਇਹ ਗੱਲ ਕਹਿੰਦਾ ਸਾਡਾ ਮੁੰਡਾ ਗੁਆਚਿਆ ਆ, ਸਾਡੀ ਗੱਲ ਨਹੀਂ ਸੁਣਦੇ ਅਤੇ ਉਹਨਾਂ ਦੀਆਂ ਗੱਲਾਂ ਸੁਣਦੇ ਆ, ਸ਼ਰੇਆਮ ਚਿੱਟਾ ਵਿਕਦਾ ਧਲੇਤੇ ਦੇ ਵਿੱਚ। ਇਹ ਗੱਲ ਸੱਚ ਆ, ਪਹਿਲਾਂ ਵੀ ਇੱਥੇ ਮੌਤ ਹੋਈ ਆ, ਹੁਣ ਇੱਕ ਮੌਤ ਫੇਰ ਹੋ ਗਿਆ, ਸਾਰੀ ਉਮਰ ਦਾ ਕਲੰਕ ਇਸ ਬੰਦੇ 'ਤੇ ਲੱਗ ਗਿਆ, ਸਾਰੀ ਉਮਰ ਦਾ। ਕਿਹਨਾਂ ਕਰਕੇ? ਇਹਨਾਂ ਕਰਕੇ ਸਾਨੂੰ ਰਾਤ ਦੇ 10-11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ, ਸਾਰਾ ਕੁਝ ਲਗਾ ਕੇ ਆਇਆ। ਸਵੇਰ ਦੇ ਮੈਨੂੰ ਇਹ ਇੱਕ ਗੱਲ ਇੱਕੋ ਹੀ ਕਹੀ ਜਾਂਦੇ ਆ, ਕਦੀ ਛੱਪੜ ਦੇਖੋ, ਕਦੀ ਝਾੜੀਆਂ ਦੇਖੋ, ਕਦੀ ਇੱਧਰ ਦੇਖੋ, ਕਦੀ ਉੱਧਰ ਦੇਖੋ। ਜੇ ਅਸੀਂ ਦੇਖਣਾ ਆ ਤਾਂ ਫਿਰ ਇਹਨਾਂ ਨੇ ਕੀ ਕਰਨਾ ਆ? ਫਿਰ ਕੋਈ ਫਾਇਦਾ ਨਹੀਂ ਧਲੇਤੇ ਵਿੱਚ ਚੌਂਕੀ ਦਾ, ਕੋਈ ਵੀ ਫਾਇਦਾ ਨਹੀਂ ਹੈਗਾ, ਕੋਈ ਵੀ ਫਾਇਦਾ ਨਹੀਂ ਗਾ ਧਲੇਤੇ 'ਚ ਚੌਂਕੀ ਦਾ। ਜੇ ਸ਼ਰੇਆਮ ਚਿੱਟਾ ਹੀ ਵਿਕਣਾ ਆ ਤਾਂ ਸ਼ਰੇਆਮ ਦੇਖ ਲਓ, ਮੁੰਡਾ ਮਰ ਗਿਆ, ਨਿਆਣੇ ਛੋਟੇ ਛੋਟੇ, ਦੋ ਉਹਦੀਆਂ ਗੁੱਡੀਆਂ, ਇੱਕੋ ਦਾ ਭਰਾਇਆ, ਕੀ ਕਰਨਗੇ ਦੱਸੋ, ਕੀ ਕਰਨਗੇ? ਲੱਕ ਲਾਣ ਤਾਂ ਇੱਦਾਂ ਦੇ ਚੌਂਕੀ ਵਾਲਿਆਂ ਦੇ, ਲੱਕ ਲਾਣ ਤਾਂ ਆ। ਅੱਜ ਮੁੰਡਾ ਲੱਭਿਆ, ਅੱਜ ਸਾਨੂੰ ਕਹੀ ਜਾਂਦੇ ਦਾਣੀ ਤਾਂ ਕਿਤੇ ਦਵਾਈ ਲੈਣ ਗਿਆ। ਇੱਥੇ ਦੇ ਜਿਹੜੇ ASI ਉਹਦੇ ਬਿਆਨ, ਉਹਨਾਂ ਦੇ ਘਰ ਦੇ ਮੂਹਰੇ ਇਹ ਹੋਇਆ, ਕਹਿੰਦੇ ਘਰਾਂ ਨੂੰ ਲੋਕ ਲੱਗਾ ਆ। ਅਵਤਾਰ ਸਿੰਘ ASI ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ। ਜਦੋਂ ਅਸੀਂ ਫਲੋਰ ਗਏ ਫਿਰ ਲੋਕ ਵੀ ਖੁੱਲ੍ਹ ਗਏ, ਫਿਰ ਮਿੰਟਾਂ ਦੇ ਵਿੱਚ ਦਾਣੀ ਵੀ ਲੱਭ ਪਿਆ, ਫਿਰ ਕਿੱਥੋਂ ਲੱਭ ਪਿਆ? ਹੁਣ ਸਾਡਾ ਬੰਦਾ ਵੀ ਲੱਭ ਪਿਆ, ਕਿੱਥੋਂ ਲੱਭ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲੱਭ ਪਿਆ। ਇਹ ਸਭ ਰਲੀ ਮਿਲੀ ਭਗਤਿਆ, ਰਲੀ ਮਿਲੀ, ਕਿਉਂਕਿ ਜਦੋਂ ਵੀ ਮਾਰਦਾ
ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ, ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ, ਜਦੋਂ ਵੀ ਵੇਚਦਾ ਚਿੱਟਾ ਇਹ ਹੀ ਲੋਕ ਵੇਚਦੇ ਆ, ਸ਼ਰੇ ਆਮ ਵਿਕਦਾ। ਜੇ ਸਰਕਾਰਾਂ ਚਿੱਟਾ ਵਿਕਾਉਂਦੀਆਂ ਤਾਂ ਸ਼ਰੇ ਆਮ ਵਿਕਦਾ ਆ, ਕਿਉਂਕਿ ਜਦ ਨਾਕਾ ਇਹਨਾਂ ਦਾ ਲੱਗਾ ਹੋਵੇ ਕਦੇ ਪੁਲਿਸਾਂ ਨਾਲ ਨਾ ਮੁੰਡੇ ਕਦੀ ਇੱਧਰ ਦੀ ਮੋਟਰਸਾਈਕਲ ਲੈ ਕੇ ਜਾਂਦੇ ਕਦੀ ਇੱਧਰ ਦੀ, ਕਿਉਂਕਿ ਡਰਦੇ ਆ ਇਹਨਾਂ ਤੋਂ। ਪਰ ਚਿੱਟਾ ਸ਼ਰੇ ਆਮ ਵਿਕਦਾ, ਅੱਡੇ 'ਚ ਦੋ ਘੰਟੇ ਨਾਕਾ ਲੱਗਦਾ, ਦੋ ਘੰਟੇ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਵਾਲਿਆਂ ਦੇ ਕੋਲ ਇਹ ਕੋਈ ਵੀ ਚਿੱਟੇ ਵਾਲਾ ਨਹੀਂ ਫੜ ਹੁੰਦਾ, ਜਦਕਿ ਇਹਨਾਂ ਨੂੰ ਪਤਾ ਕੌਣ ਚਿੱਟਾ ਵੇਚਦਾ, ਇਹਨਾਂ ਨੂੰ ਪਤਾ ਇਸ ਗੱਲ ਦਾ ਵੀ ਕੌਣ ਵੇਚਦਾ। ਜ਼ਿਆਦਾ ਨੋਟ ਜਾਂਦੇ ਆ, ਇਹ ਸਾਰਾ ਕੁਛ ਭੁੱਲ ਜਾਂਦੇ, ਅੱਖਾਂ ਫਿਰ ਬੰਦ ਹੋ ਜਾਂਦੀਆਂ ਜਦੋਂ ਨੋਟ ਜਾਂਦੇ ਆ। ਇੰਨੀ ਗੱਲ ਕਹਿਣਾ ਚਾਹੁੰਦਾ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਪਰ ਜੋ ਹੋਇਆ ਉਹ ਇਹਨਾਂ ਕਰਕੇ ਹੋਇਆ ਜੋ ਹੋਇਆ। ਅਸੀਂ ਤਾਂ ਇਹੀ ਗੱਲ ਕਹਾਂਗੇ ਵੀ ਇੱਦਾਂ ਦੇ ਜਿਹੜੀਆਂ ਚੌਂਕੀਆਂ ਪਿੰਡਾਂ ਦੇ ਵਿੱਚ ਬਿਲਕੁਲ ਬੰਦ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ, ਕਿਉਂਕਿ ਜਦੋਂ ਇਹਨਾਂ ਨੇ ਕੁਛ ਕਰਨਾ ਹੀ ਨਹੀਂ ਫਿਰ ਫਾਇਦਾ ਕੀ ਆ। ਬਾਹਰ ਲਿਖਿਆ ਪੁਲਿਸ ਚੌਂਕੀ, ਕੀ ਪੁਲਿਸ ਚੌਂਕੀ ਆ, ਦੱਸੋ ਕੀ ਕੀਤਾ ਇਹਨਾਂ ਨੇ ਕੱਲ੍ਹ ਰਾਤ, ਪੂਰੀ ਰਾਤ ਦਾ ਦੱਸੋ, ਮੁੰਡਾ ਇੱਥੇ ਪਿਆ ਆ ਪੂਰੀ ਰਾਤ, ਅੱਜ ਪੂਰਾ ਦਿਨ ਨਿਕਲ ਗਿਆ, ਧਲੇਤੇ ਦੇ ਵਿੱਚੋਂ ਹੀ ਬੰਦਾ ਨਹੀਂ ਲੱਭਿਆ ਇਹਨਾਂ ਨੂੰ, ਦੱਸ ਧਲੇਤੇ ਦੇ ਵਿੱਚੋਂ ਨਹੀਂ ਲੱਭਿਆ, ਬਹੁਤ ਸ਼ਰਮ ਵਾਲੀ ਗੱਲ ਆ। ਇੱਦਾਂ ਵੀ ਗਾਂ ਅੱਗੇ ਹੋਰ ਹੋਣੇ ਆ, ਇੱਦਾਂ ਹੀ ਹੋਣੇ ਆ ਗਾਂ, ਜਿੰਨਾ ਚਿਰ ਧਲੇਤੇ ਦੇ ਵਿੱਚ ਅੱਡੇ ਦੇ ਵਿੱਚ ਚਿੱਟਾ ਵਿਕਣਾ, ਇਹ ਇੱਦਾਂ ਹੀ ਚੱਲਣਾ ਆ, ਜਿੰਨਾ ਚਿਰ ਧਲੇਤੇ ਦੇ ਵਿੱਚ ਚੌਂਕੀ ਆ ਇੱਦਾਂ ਹੀ ਚੱਲਣੀ ਆ, ਕਿਉਂਕਿ ਇੱਥੇ ਕੋਈ ਧਲੇਤੇ ਦੇ ਵਿੱਚ ਚਿੱਟਾ ਨਹੀਂ ਵੇਚੂਗਾ। ਜੇ ਕੋਈ ਇਮਾਨਦਾਰ ਪੁਲਿਸ ਵਾਲਾ ਹੋਵੇ ਨਾ, ਫਿਰ ਧਲੇਤੇ 'ਚ ਕੋਈ ਚਿੱਟਾ ਨਹੀਂ ਵੇਚੂਗਾ, ਪਰ ਇੱਥੇ ਇਮਾਨਦਾਰੀ ਹੈ ਨਹੀਂ, ਮਰ ਗਿਆ ਜ਼ਮੀਰ, ਮਰ ਗਿਆ ਲੋਕਾਂ ਦੇ, ਮਰ ਗਿਆ ਜ਼ਮੀਰ, ਬਸ ਮਰ ਗਿਆ ਜ਼ਮੀਰ ਬਸ। ਇਹ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਮਹਿਲ ਦਾ ਰਹਿਣ ਵਾਲਾ ਹੀ ਮਿਸਾ, ਅਤੇ ਉਸ ਤੋਂ ਬਾਅਦ ਹੀ ਸਾਡੀਆਂ ਜਿਹੜੀਆਂ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ 'ਤੇ ਲੱਗ ਗਈਆਂ, ਪਰਿਵਾਰ ਦੇ ਨਾਲ ਸਰਚ ਕੀਤੀ ਗਈ, ਅਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਹੈ। ਅਸੀਂ ਮੌਕੇ 'ਤੇ ਪਹੁੰਚ ਗਏ ਹਾਂ, ਅਸੀਂ FSL ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ, ਉਹ ਟੀਮ ਵੀ ਆ ਰਹੀ ਹੈ। ਬੋਡੀ 'ਤੇ ਜੋ ਸੱਟ ਦਾ ਨਿਸ਼ਾਨ ਜਾਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਧਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ। ਸੱਟ ਚੋਟ ਹੈ ਜਾਂ ਓਵਰਡੋਜ਼ ਹੈ ਜੀ, ਕੁਛ ਇੱਦਾਂ ਵੀ ਜਿੱਦਾਂ ਪਿੰਡ ਵਾਲੇ ਕਹਿ ਰਹੇ ਕਿ ਓਵਰਡੋਜ਼ ਹੈ, ਸ਼ਾਇਦ ਕਿਸੇ ਜੋ ਨਸ਼ਾ ਵਗੈਰਾ ਵੇਚਦੇ ਆ ਉਹਦੇ ਮਗਰ ਬੈਠਾ ਦੇਖਿਆ ਗਿਆ, ਕੋਈ CCTV ਸਾਹਮਣੇ ਆਈ ਹੈ? CCTV ਫੁਟੇਜ ਅਸੀਂ ਚੈੱਕ ਕਰ ਰਹੇ ਹਾਂ ਜੇ ਫਿਲਹਾਲ, ਅਤੇ ਇਨੀਸ਼ੀਅਲ ਸਟੇਜ 'ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਜਿਵੇਂ ਬੋਡੀ ਦੇ ਉੱਤੇ ਬਲੱਡ ਆ ਤਾਂ ਇਹ ਸਾਨੂੰ ਸੱਟ ਚੋਟ ਦਾ ਹੀ ਲੱਗ ਰਿਹਾ, ਕੋਈ ਖਦਸ਼ਾ ਹੈ, ਬਾਕੀ ਬੋਡੀ ਚੈੱਕ ਕਰਾ ਕੇ ਫੋਰੈਂਸਿਕ ਟੀਮ ਜਾਂ ਮੈਡੀਕਲ ਤੋਂ ਸਾਰਾ ਕਲੀਅਰ ਹੋ ਜੂਗਾ। FIR ਬਾਈ ਨੇਮ ਹੋ ਰਹੀ ਹੈ ਜੀ, ਜਿਵੇਂ ਕੰਪਲੇਨੈਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ। ਜਿਵੇਂ ਉਹ ਪਿੰਡ ਵਾਲੇ ਕਹਿ ਰਹੇ ਕਿ ਇਹਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਪਿੰਡ ਦੇ ਵਿੱਚ, ਲੈਂਡਾਂ ਨਹੀਂ ਟੁੱਟਦੀਆਂ ਹੈਗੀਆਂ ਜੀ, ਉਹਦੇ ਖਿਲਾਫ਼ ਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ, ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਹਾਂ, ਅਸੀਂ ਕਲੰਦਰੇ ਵੀ ਦਿੰਦੇ ਰਹੇ ਹਾਂ, ਅਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕ ਆਣ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ 'ਤੇ ਬਣਦੀ ਕਾਰਵਾਈ ਕਰਾਂਗੇ। ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ, ਕੋਈ ਸਰਿੰਜ ਵਗੈਰਾ, ਕੋਈ ਨਸ਼ਾ? ਨਹੀਂ ਜੀ, ਨਹੀਂ, ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈ ਹੈ, ਕੋਈ ਸਰਿੰਜ ਨਹੀਂ ਮਿਲੀ ਸਾਨੂੰ। ਸੱਟ ਚੋਟ ਦੇ ਨਿਸ਼ਾਨ ਹੈਗੇ ਜੀ ਕੋਈ? ਇਨੀਸ਼ਲੀ ਦੇਖੋ ਬਲੱਡ ਕਾਫੀ ਹੈਗਾ ਆ ਬੋਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਹਾਂ, ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ, ਪਰ ਬੋਡੀ 'ਤੇ ਬਲੱਡ ਹੈਗਾ, ਟੀਮ ਆਊਗੀ ਪ੍ਰੋਪਰਲੀ, ਉਹਨਾਂ ਦੇ ਹੈਲਪ ਦੇ ਨਾਲ ਅਸੀਂ ਇਹਨੂੰ ਚੈੱਕ ਕਰ ਲਵਾਂਗੇ।